ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਸਾਹਿਤਕ ਮੰਚ YouTube ਚੈਨਲ 'ਤੇ ਅੱਜ ਸੁਣਦੇ ਹਾਂ ਰਾਮ ਸਰੂਪ ਅਣਖੀ ਦੀ ਲਿਖੀ ਕਹਾਣੀ ਕੈਦਣ। ਹੁਣ ਤਾਂ ਇਸ ਇਲਾਕੇ ਵਿੱਚ ਟੈਕਸੀਆਂ ਆਮ ਹੋ ਗਈਆਂ ਹਨ, ਸੜਕਾਂ ਦਾ ਵੀ ਕੋਈ ਅੰਤ ਨਹੀਂ, ਪੈਸਿਆਂ ਦੀ ਖੇਡ ਹੈ, ਜਿੱਥੇ ਮਰਜ਼ੀ ਜਦੋਂ ਮਰਜ਼ੀ ਲੋੜ ਹੋਵੇ ਲੈ ਜਾਓ। ਪਰ ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਸ਼ਿਬੂ ਤਖਾਣ ਪਿੱਪਲ ਦੀਆਂ ਫੁੱਲੀਆਂ ਵਾਲੇ ਆਪਣੇ ਰੱਥ ਉੱਤੇ ਬੈਠਾ ਹੈਲੀਕਾਪਟਰ ਦੇ ਕਿਸੇ ਪਾਇਲਟ ਤੋਂ ਘੱਟ ਨਹੀਂ ਸੀ ਹੁੰਦਾ। ਚਿੱਟੀਆਂ ਝਾਲਰਾਂ ਵਾਲਾ ਟੂਲੀ ਰੰਗਾ ਉਛਾੜ ਨਵਾਂ ਹੀ ਰੱਥ ਉੱਤੇ ਤਖਾਣ ਨੇ ਚੜ੍ਹਾਇਆ ਸੀ। ਸ਼ੌਂਕੀ ਬਲਦ ਆਰ ਤਾਂ ਕੀ ਪਿੰਡੇ ਉੱਤੇ ਮੱਖੀ ਤੱਕ ਨਹੀਂ ਸੀ ਸਾਰਦੇ, ਬਹੁਤੇ ਚਲਾਕ। ਦੇਸੂ ਸੁਨਿਆਰ ਤੇ ਮੱਖਣ ਨੂੰ ਨਾਲ ਲੈ ਕੇ ਮੈਂ ਸਹੁਰੀ ਗਿਆ ਸਾਂ। ਮੁਕਲਾਵਾ ਲੈਣ ਜਾਂਦੇ ਮੁੰਡੇ ਨੂੰ ਚਾਹ ਦੇ ਨਾਲ ਨਾਲ ਕੁਝ ਸੰਗ ਜਿਹੀ ਵੀ ਹੁੰਦੀ, ਮੱਠਾ ਮੱਠਾ ਡਰ ਜਿਹਾ ਵੀ। ਇਸੇ ਕਰਕੇ ਮੈਂ ਦੇਸੂ ਤੇ ਮੱਖਣ ਨੂੰ ਨਾਲ ਲੈ ਕੇ ਗਿਆ ਸਾਂ। ਮਾਂ ਨੇ ਤਾਂ ਸਗੋਂ ਜਾਣ ਕੇ ਉਹਨਾਂ ਨੂੰ ਮੇਰੇ ਨਾਲ ਤੋਰਿਆ ਸੀ। ਉਹ ਕਹਿੰਦੀ ਸੀ, ਸਾਡਾ ਕੰਧਾ ਤਾਂ ਕੁੜੀਆਂ ਅਰਗਾ, ਇਹਨੂੰ ਇਕੱਲੇ ਨੂੰ ਤਾਂ ਸਾਲੀ ਨੇ ਚੂੰਡੀਆਂ ਹੀ ਖਾ ਜਾਣਾ, ਇਹਦੇ ਤਾਂ ਮੂੰਹ 'ਚ ਬੋਲ ਹੀ ਨਹੀਂ। ਦੇਸੂ ਮੇਰਾ ਮਿਲਾਪੀ ਸੀ, ਸਾਡਾ ਗੁਆਂਢੀ ਵੀ। ਅਕਸਰ ਮੈਂ ਉਸਦੇ ਸਹਾਰੇ 'ਤੇ ਬੈਠਾ ਰਹਿੰਦਾ, ਉਸ ਕੋਲ ਰੂਪ ਬਸੰਤ ਦਾ ਚਿੱਠਾ ਲੈ ਕੇ ਉੱਚੀ ਉੱਚੀ ਪੜ੍ਹਦਾ ਰਹਿੰਦਾ। ਮੈਥੋਂ ਚਿੱਠਾ ਸੁਣ ਕੇ ਉਹ ਬਹੁਤ ਖੁਸ਼ ਹੁੰਦਾ। ਮੱਖਣ ਨਾਲ ਮੇਰੀ ਬੁੱਕਲ ਖੁੱਲ੍ਹੀ ਸੀ। ਅਸੀਂ ਇਕੱਠੇ ਘਰ ਦੀ ਕੱਢੀ ਸ਼ਰਾਬ ਪੀਂਦੇ ਅਤੇ ਬੋੜੇ ਖੂਹ ਵਾਲੇ ਪਿੱਪਲ ਦੀਆਂ ਜੜ੍ਹਾਂ ਵਿੱਚ ਬਹਿ ਕੇ ਸਾਧਾਂ ਦੀ ਨਿੰਮੋ ਦੀਆਂ ਗੱਲਾਂ ਕਰਦੇ। ਹਾਜ਼ਰ ਜਵਾਬੀ ਵਿੱਚ ਮੱਖਣ ਸਾਰੇ ਪਿੰਡ ਵਿੱਚ ਉੱਘਾ ਸੀ। ਉਹਦੇ ਵਰਗੀ ਗੱਲ ਕਿਸੇ ਨੂੰ ਨਹੀਂ ਸੀ ਔੜਦੀ। ਦੇਸੂ ਅਤੇ ਮੱਖਣ ਨੂੰ ਨਾਲ ਲਿਜਾ ਕੇ ਮੈਨੂੰ ਪੂਰਾ ਧਰਵਾਸ ਹੋ ਗਿਆ ਸੀ। ਮੈਨੂੰ ਡਰ ਨਹੀਂ ਸੀ ਰਿਹਾ ਕਿ ਸਹੁਰਿਆਂ ਦੀ ਕੋਈ ਕੁੜੀ ਮੈਨੂੰ ਤੰਗ ਕਰ ਸਕੇਗੀ। ਉਹ ਵੀ ਕਹਿੰਦੇ ਸਨ ਕਿ ਕੰਧਿਆ ਤੂੰ ਝਿਪੀ ਨਾ, ਅਸੀਂ ਵਾਣੀ ਪਾ ਦਿਆਂਗੇ ਸਾਰੀਆਂ ਨੂੰ। ਸਹੁਰਿਆਂ ਦੇ ਘਰ ਚੁਬਾਰੇ ਵਿੱਚ ਜਾ ਕੇ ਅਸੀਂ ਅਜੇ ਬੈਠੇ ਹੀ ਸਾਂ ਕਿ ਕੁੜੀਆਂ ਮੀਂਹ ਦੀ ਵਾਛੜ ਵਾਂਗ ਆ ਖੜੀਆਂ, ਕੋਈ ਕੁਝ ਬੋਲਦੀ ਕੋਈ ਕੁਝ। ਕਦੇ ਕਦੇ ਉਹਨਾਂ ਦੀ ਕਿਚਰ ਕਿਚਰ ਬਿਲਕੁਲ ਬੰਦ ਹੋ ਜਾਂਦੀ, ਜਿਵੇਂ ਉਹਨਾਂ ਕੋਲੋਂ ਸਾਰੀਆਂ ਮਸ਼ਕਰੀਆਂ ਮੁੱਕ ਗਈਆਂ ਹੋਣ ਅਤੇ ਕਿਸੇ ਵੀ ਕੁੜੀ ਨੂੰ ਕੋਈ ਗੱਲ ਨਾ ਉੜਦੀ ਹੋਵੇ। ਕੋਈ ਕੁੜੀ ਫਿਰ ਉਹੀ ਘਸਿਆ ਹੋਇਆ ਸਵਾਲ ਕਰ ਦਿੰਦੀ, ਵੀ ਮੁਕੰਦ ਤੂੰ ਆਪਣੀ ਭੈਣ ਨੂੰ ਨਹੀਂ ਨਾਲ ਲੈ ਕੇ ਆਇਆ। ਦੂਜੀ ਪੁੱਛਦੀ, ਵੀ ਮੁਕੰਦ ਵੀ ਮਾਂ ਨੇ ਤੈਨੂੰ ਕਿੰਨੇ ਰੁਪਈਏ ਦਿੱਤੇ ਵੇ ਸਾਲੀਆਂ ਨੂੰ ਦੇਣ ਨੂੰ? ਵੀ ਤੂੰ ਮਾਂ ਨੂੰ ਕਹਿੰਦਾ ਵੀ ਤੈਨੂੰ ਚੱਜਦਾ ਤਾਂ ਜੰਮਦੀ? ਇੱਕ ਕੁੜੀ ਨੇ ਮੇਰੇ ਗੰਦਮੀ ਰੰਗ ਉੱਤੇ ਚੋਟ ਮਾਰੀ। ਮੈਂ ਤਾਂ ਘਾਉਂ ਮਾਉਂ ਜਿਹਾ ਪਹਿਲਾਂ ਹੀ ਸਾਂ। ਦੇਸੂ ਤੇ ਮੱਖਣ ਵੀ ਚੁੱਪ ਕਰ ਬੈਠੇ। ਮਾਂ ਦਾ ਕੀ ਦੋਸ਼ ਹੈ ਵਿਚਾਰੀ ਦਾ, ਨਹੀਂ ਪਿਓ ਦਾ ਤਾਂ ਲੱਗਦਾ ਨਹੀਂ। ਤੇ ਫਿਰ ਕਿੰਨੇ ਹੀ ਸਵਾਲ, ਕਿੰਨੀਆਂ ਹੀ ਚੋਟਾਂ, ਤੇ ਫਿਰ ਕਿਚਰ ਕਿਚਰ ਕਾਵਾਂ ਰੌਲੀ, ਕਿਸੇ ਦੀ ਕੋਈ ਗੱਲ ਸਮਝ ਨਾ ਆਵੇ। ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਜ਼ਿੰਦਗੀ ਵਿੱਚ ਪਹਿਲੀ ਵਾਰ ਇਹੋ ਜਿਹੇ ਆਪਣੇ ਉੱਤੇ ਸਵਾਲ ਹੁੰਦੇ ਸੁਣ ਕੇ ਮੈਨੂੰ ਹਰਖ ਜਿਹਾ ਚੜ੍ਹ ਗਿਆ, ਮੇਰਾ ਚਿਹਰਾ ਘਰੋਟਿਆ ਗਿਆ। ਦੇਸੂ ਨੇ ਖੰਗੂਰ ਮਾਰੀ ਅਤੇ ਥੁੱਕ ਨੂੰ ਸੰਘੋਂ ਥੱਲੇ ਲੰਘਾ ਕੇ ਆਖਿਆ, ਵੀ ਤੁਸੀਂ ਕੋਈ ਚੱਜ ਦੀ ਗੱਲ ਤਾਂ ਕਰੋ, ਬੈਠੋ ਕੋਈ ਮਤਲਬ ਦੀ ਗੱਲ ਛੇੜੋ, ਤੁਸੀਂ ਤਾਂ ਬਾਂਦਰੀਆਂ ਨੂੰ ਵੀ ਮਾਤ ਪਾਤੀ। ਤੂੰ ਚੁੱਪ ਕਰਕੇ ਬੈਠਾ ਰਹਿ ਵੇ ਅੰਡਲਾ, ਬਾਂਦਰੀ ਹੋਊਗੀ ਤੇਰੀ ਮਾਂ, ਨਹੀਂ ਤਾਂ ਭੈਣ ਨੂੰ ਬਣਾ ਲੈ ਬਾਂਦਰੀ। ਤੇਰੀ ਮਾਂ ਨੇ ਕੀ ਵੰਡਿਆ ਸੀ ਤੇਰੇ ਜੰਮੇ ਤੋਂ? ਕੋਲੇ, ਇੱਕ ਕੁੜੀ ਨੇ ਨਾਲ ਹੀ ਆਖ ਦਿੱਤਾ। ਨਹੀਂ, ਇੱਟਾਂ, ਕੋਲੇ ਤਾਂ ਮੁਕੰਦ ਦੀ ਮਾਂ ਨੇ ਵੰਡੇ ਹੋਣਗੇ। ਇੱਕ ਹੋਰ ਕੁੜੀ ਨੇ ਟੇਢੇ ਜਿਹੇ ਢੰਗ ਨਾਲ ਦੇਸੂ ਦੇ ਗੋਰੇ ਰੰਗ ਦੀ ਤਾਰੀਫ ਕਰ ਗਈ। ਮੱਖਣ, ਜਿਹੜਾ ਗੱਲ ਦਾ ਮੋੜ ਦੇਣ ਵਿੱਚ ਆਪਣੇ ਆਪ ਨੂੰ ਖੱਬੀ ਖਾਨ ਸਮਝਦਾ ਸੀ, ਹੁਣ ਘੁੰਨਰਵੱਟਾ ਬਣਿਆ ਬੈਠਾ ਸੀ। ਮੇਰੇ ਚੁੱਪ ਕੀਤੇ ਮੂੰਹ ਝਾਕ ਕੇ ਉਸ ਨੇ ਕੁੜੀਆਂ ਨੂੰ ਆਖਿਆ, ਵੀ ਤੁਸੀਂ ਹਵਾ ਤਾਂ ਆਉਣ ਦਿਓ ਬਾਹਰ ਵਿੱਚ ਦੀ, ਬਹਿ ਜਾਓ ਜਾਂ ਅੰਦਰ ਲੰਘ ਆਓ। ਮੱਖਣ ਹੱਥ ਜੋੜ ਕੇ ਖੜ ਗਿਆ। ਇਹ ਦੇਖੋ ਨੀ ਖੰਘੂ ਜਾ, ਉਦੋਂ ਵੀ ਚੜ੍ਹਦਾ। ਮੱਖਣ ਦੇ ਕਹਿਰੇ ਸਰੀਰ ਉੱਤੇ ਇੱਕ ਕੁੜੀ ਨੇ ਚੋਟ ਕੀਤੀ। ਕੁੜੀਆਂ ਵਿੱਚੋਂ ਇੱਕ ਕੁੜੀ ਜਿਹੜੀ ਅਜੇ ਤਾਈਂ ਬੋਲੀ ਨਹੀਂ ਸੀ ਅਤੇ ਹੁਣ ਤੱਕ ਮੁਸਕਰਾ ਹੀ ਰਹੀ ਸੀ, ਅਤੇ ਜਾਂ ਕਿਸੇ ਗੱਲ ਉੱਤੇ ਕਦੇ ਕਦੇ ਸੰਕੋਚਵਾ ਜਿਹਾ ਹਾਸਾ ਹੱਸਦੀ ਸੀ, ਮੈਨੂੰ ਆਖਿਆ, ਮੁਕੰਦ ਮਹਿੰਦੀ ਦੱਸ ਕਿਹਦੇ ਹੱਥੋਂ ਲਵਾਉਣੀ ਹੈ ਸਾਡੇ 'ਚੋਂ? ਤੂੰ ਉਂਗਲ ਕਰਦੇ ਜਿਹਦੇ ਕੰਨੀ ਕਰਨੀ ਹੈ, ਉਹ ਤੇਰੀ ਪੱਕੀ ਸਾਲੀ, ਉਹੀ ਮਹਿੰਦੀ ਲਓ, ਉਹੀ ਰੁਪਈਆ ਲਓ।
ਉਸ ਕੁੜੀ ਨੇ ਮੇਰੇ ਵਾਲੇ ਮੰਜੇ ਦੀ ਪੈਂਦ ਵੱਲ ਸੇਰਵੇ ਉੱਤੇ ਆਪਣੀ ਸੱਜੀ ਟੰਗ ਧਰ ਲਈ। ਗੋਡੇ ਉੱਤੇ ਕੂਹਣੀ ਅਤੇ ਹਥੇਲੀ ਉੱਤੇ ਠੋਡੀ ਰੱਖ ਕੇ ਉਹ ਇੱਕ ਟੰਗ ਦੇ ਭਾਰ ਖੜੀ ਸੀ। ਗੱਲ ਕਰਦੀ ਤਾਂ ਉਹਦੇ ਕੰਨਾਂ ਦੇ ਕਾਂਟੇ ਉਹਦੀਆਂ ਗੱਲਾਂ ਨੂੰ ਛੋਹ ਜਾਂਦੇ। ਇਸ ਤਰ੍ਹਾਂ ਨਾਲ ਉਹ ਬਹੁਤ ਪਿਆਰੀ ਲੱਗ ਰਹੀ ਸੀ। ਹੌਲੀ ਹੌਲੀ ਰਿਸਕ ਦੀਆਂ ਦੂਜੀਆਂ ਕੁੜੀਆਂ ਵੀ ਚੁਬਾਰੇ ਦਾ ਬਾਲ ਟੱਪ ਪਾਈਆਂ। ਮੈਂ ਕੁਝ ਨਹੀਂ ਸੀ ਬੋਲ ਰਿਹਾ, ਇਉਂ ਤਾਂ ਅਸੀਂ ਤਿੰਨੇ ਵੰਡ ਲਵਾਂਗੇ ਤੁਹਾਨੂੰ, ਰੁਪਈਆ ਲਈ ਜਾਇਓ ਅਤੇ ਪੱਕੀਆਂ ਸਾਲੀਆਂ ਬਣਦੀਆਂ ਜਾਇਓ। ਮੱਖਣ ਹੌਂਸਲਾ ਫੜ ਚੁੱਕਿਆ ਸੀ। ਮੈਨੂੰ ਕੁਝ ਆਸਰਾ ਜਿਹਾ ਹੋਇਆ ਕਿ ਚਲੋ ਕੁਝ ਨਾ ਕੁਝ ਮੋੜ ਜ਼ਰੂਰ ਦਿੰਦਾ ਰਹੇਗਾ। ਸਾਰੀਆਂ ਜਣੀਆਂ ਹਿੜ ਹਿੜ ਕੇ ਹੱਸ ਪਈਆਂ। ਇੱਕ ਬੋਲੀ, ਲੈ ਕੁੜੇ ਮੂੰਹ ਦੇਖ ਇਹਦਾ ਰੁਪਈਆ ਦੇਣ ਵਾਲੇ ਦਾ, ਰੁਪਈਆ ਜੇਬ ਹੈ ਵੀ ਹੈ ਤੇਰੇ। ਮੇਰੀ ਪੈਂਦ ਕੋਲ ਇੱਕ ਟੰਗ ਦੇ ਭਾਰ ਖੜੀ ਕੁੜੀ ਨੇ ਮੰਜੇ ਉੱਤੋਂ ਪੰਨਿਆਂ ਵਾਲੀ ਪੱਖੀ ਚੁੱਕ ਕੇ ਮੋਢੇ ਨੂੰ ਠਕੋਰਿਆ। ਮਹਿੰਦੀ ਦੱਸ ਕੀ ਤੂੰ ਲਵਾਉਣੀ ਹੈ? ਤੂੰ ਹੀ ਲਾ ਦੀ, ਮੇਰੇ ਮੂੰਹੋਂ ਨਿਕਲਿਆ। ਹੋਰ ਸਭ ਕੁੜੀਆਂ ਚੁੱਪ ਹੋ ਗਈਆਂ। ਮੈਂ ਮਹਿਸੂਸ ਕੀਤਾ ਜਿਵੇਂ ਉਹਨਾਂ ਨੂੰ ਉਸ ਕੁੜੀ ਨਾਲ ਈਰਖਾ ਹੋ ਗਈ ਹੋਵੇ। ਨੀ ਤੂੰ ਲਾ ਲਈ ਚਾਹ ਮਹਿੰਦੀ ਲਾ ਕੇ, ਅਸੀਂ ਰੁਪਈਆਂ ਦੀਆਂ ਭੁੱਖੀਆਂ ਨਹੀਂ ਫਿਰਦੀਆਂ। ਨਿਵਿੰਦਰ, ਅਖਾਂਗੂ ਜਾਂ ਤਾਂ ਜਮਾਂ ਤੇਰੇ ਪ੍ਰਾਹੁਣੇ ਅਰਗਾ। ਇੱਕ ਕੁੜੀ ਨੇ ਇੱਕ ਟੰਗ ਦੇ ਭਾਰ ਕੁੜੀ ਦਾ ਧਿਆਨ ਮੱਖਣ ਵੱਲ ਕੀਤਾ। ਤੇ ਮੇਰੇ ਤੇ ਮਹਿੰਦੀ ਤੂੰ ਹੀ ਲਾਈ, ਮੱਖਣ ਨੇ ਵਿੰਦਰ ਨੂੰ ਕਿਹਾ। ਵਿੰਦਰ ਦਾ ਹੌਂਕਾ ਨਿਕਲ ਗਿਆ। ਉਸਨੇ ਆਪਣੀ ਟੰਗ ਮੰਜੇ ਉੱਤੋਂ ਥੱਲੇ ਲਾ ਲਈ ਤੇ ਨਿਰੁੱਤਰ ਹੋ ਕੇ ਖੜੀ ਰਹੀ। ਨੀ ਕਿਉਂ ਆਉਂਦਿਆਂ ਨੂੰ ਹੀ ਜੱਫਾ ਪਾ ਲਿਆ ਤੁਸੀਂ? ਪਾਣੀ ਧਾਣੀ ਤਾਂ ਪੀ ਲੈਣ ਦਿਓ ਇਹਨਾਂ ਨੂੰ। ਮੇਰੀ ਸੱਸ ਨੇ ਹੋਕਰਾ ਮਾਰਿਆ। ਉਹ ਤਾਈ, ਅਸੀਂ ਤੇਰੇ ਜਮਾਈ ਨੂੰ ਜੇਬ 'ਚ ਤਾਂ ਨਹੀਂ ਪਾ ਕੇ ਲੈ ਜਾਂਗੀਆਂ? ਵਿੰਦਰ ਨੇ ਕਿਹਾ। ਨਾ ਭਾਈ, ਪਹਿਲਾਂ ਨਹਾ ਧੋ ਲੈਣ ਦਿਓ, ਮਹਿੰਦੀ ਲਾਉਣ ਆਈਆਂ, ਮਿਟਾ ਲਿਓ ਸਿੱਕਾਂ, ਸੱਸ ਨੇ ਉਹਨਾਂ ਨੂੰ ਜਾਣ ਲਈ ਆਖਿਆ। ਚਲੋ ਨਹੀਂ ਚਲੋ, ਤਾਈ ਦਾ ਹੀ ਆਇਆ ਜਮਾਈ ਖਰਾ ਅਨੋਖਾ ਹੀ, ਇੱਕ ਵੱਡੀ ਉਮਰ ਦੀ ਕੁੜੀ ਨੇ ਕਿਹਾ। ਸੂਰਜ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਤੋਂ ਥੱਲੇ ਉੱਤਰ ਰਿਹਾ ਸੀ। ਚੇਤ ਵਿਸਾਖ ਦੇ ਦਿਨ ਸਨ। 12-13 ਕੋਹ ਰਾਤ ਵਿੱਚ ਬੈਠਿਆਂ ਦੇ ਪਾਸੇ ਦੁਖਣ ਲੱਗ ਪਏ ਸਨ। ਕੋਸੇ ਪਾਣੀ ਨਾਲ ਅਸੀਂ ਹੱਥ ਮੂੰਹ ਧੋਤਾ ਅਤੇ ਚਾਹ ਪੀਣ ਲੱਗ ਪਏ। ਆਥਣ ਦੇ ਸੰਧੂਰੀ ਚਾਨਣ ਵਿੱਚ ਕਾਲਖ ਘੁਲਣ ਲੱਗੀ ਤਾਂ ਅਸੀਂ ਆਪਣੀ ਬੋਤਲ ਦਾ ਡੱਟ ਪੁੱਟ ਲਿਆ। ਥਾਲੀ ਵਿੱਚ ਮਹਿੰਦੀ ਘੋਲ ਕੇ ਜਦ ਕੁੜੀਆਂ ਆਈਆਂ, ਅਸੀਂ ਜਬਲੀਆਂ ਮਾਰ ਰਹੇ ਸਾਂ। ਪਹਿਲੇ ਤੋੜ ਦੀ ਕੱਢੀ ਬੋਤਲ ਮੱਖਣ ਪਿੰਡੋਂ ਹੀ ਲੈ ਆਇਆ ਸੀ। ਸਾਨੂੰ ਕੋਈ ਪਤਾ ਨਹੀਂ ਕਿ ਕੁੜੀਆਂ ਕੀ ਬੋਲਦੀਆਂ ਰਹੀਆਂ ਅਤੇ ਅਸੀਂ ਉਹਨਾਂ ਨੂੰ ਕੀ ਜਵਾਬ ਦਿੰਦੇ ਰਹੇ। ਸਾਡੇ ਕਮਲਵਾ ਅਤੇ ਜਿੱਚ ਹੋ ਕੇ ਉਹਨਾਂ ਨੇ ਸਾਡੀਆਂ ਹਥੇਲੀਆਂ ਉੱਤੇ ਮਹਿੰਦੀ ਦੀ ਇੱਕ ਇੱਕ ਗਰੋਲੀ ਧਰੀ ਅਤੇ ਪੌੜੀਆਂ ਉੱਤਰ ਗਈਆਂ। ਵਿੰਦਰ ਨੂੰ ਸ਼ਾਇਦ ਮੈਂ 5 ਰੁਪਏ ਮਹਿੰਦੀ ਲਵਾਈ ਦੇ ਦਿੱਤੇ ਸਨ। ਕੁੜੀਆਂ ਪੌੜੀਆਂ ਉਤਰੀਆਂ ਤਾਂ ਦੇਸੂ ਅਤੇ ਮੱਖਣ ਨੇ ਮਹਿੰਦੀ ਵਾਲੇ ਹੱਥ ਕੰਧਾਂ ਨਾਲ ਘਸਾ ਦਿੱਤੇ। ਮੇਰਾ ਹੱਥ ਤਾਂ ਲੈ ਕੰਜਰ ਦੀਆਂ ਕੱਟੇ ਦੀ ਮੋਕ ਨਾਲ ਹੀ ਲਵੇੜ ਗਈਆਂ। ਹਥੇਲੀ ਨੂੰ ਨੱਕ ਕੋਲ ਕਰਕੇ ਮੱਖਣ ਨੇ ਕਿਹਾ, ਓਏ ਮੈਨੂੰ ਵੀ ਲੱਗਦਾ। ਦੇਸੂ ਨੇ ਵੀ ਹੰਗਾਰਾ ਭਰਿਆ। ਅਸੀਂ 1/2 ਘੰਟਾ ਉੱਚੀ ਉੱਚੀ ਹੱਸਦੇ ਰਹੇ। ਇੱਕ ਇੱਕ ਪੈਗ ਮੱਖਣ ਨੇ ਹੋਰ ਪਾਇਆ, ਮੈਂ ਪੀਤਾ, ਮੇਰੇ ਤਾਂ ਜਿਵੇਂ ਪੈਰ ਚੁੱਕੇ ਗਏ। ਬਹੁਤ ਸ਼ਰਾਬ ਮੈਨੂੰ ਸੁਖਾਉਂਦੀ ਨਹੀਂ। ਰੋਟੀ ਅਸੀਂ ਅੱਧ ਪਚੱਦ ਜਿਹੀ ਖਾਧੀ, ਨਾ ਖਾਣ ਵਰਗੀ। ਦੇਸੂ ਅਤੇ ਮੱਖਣ ਤਾਂ ਚੁਬਾਰੇ ਮੂਹਰੇ ਮੰਜਿਆਂ ਉੱਤੇ ਬਿਸਤਰੇ ਵਿਛਾ ਕੇ ਪੈ ਗਏ। ਮੈਨੂੰ ਮੇਰੀ ਸੱਸ ਨੇ ਥੱਲੇ ਸੱਦ ਲਿਆ। ਸ਼ਰਾਬ ਉੱਤੋਂ ਦੀ ਹੋ ਗਈ ਸੀ, ਮੈਨੂੰ ਗੱਲ ਨਹੀਂ ਸੀ ਆਉਣ ਰਹੀ। ਬੁੱਗ ਬੁੱਗ ਕਰਕੇ ਸਭ ਖਾਧਾ ਪੀਤਾ ਮੇਰੇ ਅੰਦਰੋਂ ਬਾਹਰ ਹੋ ਗਿਆ। ਬੇਸੁੱਧ ਹੋ ਕੇ ਦਰਵਾਜ਼ੇ 'ਚ ਡਹੇ ਪਏ ਇੱਕ ਮੰਜੇ ਉੱਤੇ ਮੈਂ ਢੇਰੀ ਹੋ ਗਿਆ। ਅਜੇ ਵੀ ਮੈਨੂੰ ਉਲਟੀਆਂ ਆ ਰਹੀਆਂ ਸਨ। ਅਮਰਜੀਤ, ਮੇਰੀ ਪਤਨੀ ਮਾਪਿਆਂ ਦੀ ਇਕੱਲੀ ਧੀ ਸੀ, ਭਾਈ ਵੀ ਕੋਈ ਨਹੀਂ ਸੀ। ਸਹੁਰਾ ਰੋਟੀ ਖਾ ਕੇ ਬਾਹਰਲੇ ਘਰ ਡੰਗਰਾਂ ਕੋਲ ਜਾ ਪਿਆ ਸੀ ਅਤੇ ਸੱਸ ਪਤਾ ਨਹੀਂ ਕਿਹੜੇ ਧੰਦਿਆਂ ਵਿੱਚ ਫਸੀ ਹੋਈ ਸੀ। ਉਸਨੇ ਚੁਬਾਰੇ ਵਿੱਚੋਂ ਥੱਲੇ ਮੈਨੂੰ ਸੱਦ ਤਾਂ ਲਿਆ ਸੀ, ਪਰ ਅਜੇ ਗੱਲ ਕੋਈ ਨਹੀਂ ਸੀ ਕੀਤੀ। ਮੈਨੂੰ ਉਲਟੀਆਂ ਆ ਰਹੀਆਂ ਸਨ। ਸੁੱਕੇ ਵਾਤਾਂ ਆਉਂਦੇ ਤਾਂ ਜਿਵੇਂ ਮੇਰਾ ਕਾਲਜਾ ਇਕੱਠਾ ਹੋ ਜਾਂਦਾ। ਸੁਰਤ ਵੀ ਕੋਈ ਨਹੀਂ ਸੀ, ਸ਼ਰਾਬ ਤੇਜ਼ ਸੀ, ਮੈਂ ਪੀ ਵੀ ਬਹੁਤ ਲਈ ਸੀ। ਦਰਵਾਜ਼ੇ ਵਿੱਚ ਮੰਜੇ ਉੱਤੇ ਪਿਆ ਮੈਂ ਜ਼ਖਮੀ ਸੱਪ ਵਾਂਗ ਮੇਲ ਰਿਹਾ ਸਾਂ, ਕਦੇ ਉਸ ਬਾਹੀ ਨਾਲ ਕਦੇ ਉਸ ਬਾਹੀ ਨਾਲ। ਪਾਣੀ ਦੀ ਗੜਵੀ ਲੈ ਕੇ ਆਇਆ ਕੋਈ ਕੁਝ ਚਿਰ ਮੇਰੇ ਸਿਰਾਣੇ ਖੜਾ ਰਿਹਾ ਅਤੇ ਫਿਰ ਉਂਜਲ ਭਰ ਕੇ ਹਵਾੜਾ ਛੱਡਦਾ ਮੇਰਾ ਮੂੰਹ ਉਸਨੇ ਪਾਣੀ ਨਾਲ ਪੂੰਝ ਦਿੱਤਾ। ਮੇਰੇ ਬੁੱਲਾਂ ਨੂੰ ਉਸਦੇ ਨਰਮ ਨਰਮ ਪੋਟਿਆਂ ਨੇ ਸਾਫ਼ ਕੀਤਾ ਅਤੇ ਫਿਰ ਪਾਣੀ ਦੀ ਗੜਵੀ।
ਉਹਨੇ ਮੇਰੇ ਮੂੰਹ ਨਾਲ ਲਾ ਦਿੱਤੀ। ਪਾਣੀ ਦੀ ਘੁੱਟ ਅੰਦਰ ਗਈ ਤੇ ਜਿਵੇਂ ਮੇਰੀ ਸੁਰਤ ਪਰਤਾਈ ਹੋਵੇ। ਮੈਨੂੰ ਲੱਗਿਆ ਜਿਵੇਂ ਉਹ ਮੇਰੀ ਸੱਸ ਹੋਵੇ, ਪਰ ਨਹੀਂ, ਉਹ ਸੱਸ ਨਹੀਂ ਸੀ। ਉਸ ਦੇ ਪੋਟੇ ਤਾਂ ਕੂਲੇ ਕੂਲੇ ਸਨ, ਅੰਗੂਰਾਂ ਦੀ ਸ਼ੋਅ ਵਰਗੇ। ਉਸ ਦੇ ਹੱਥ ਨਰਮ ਨਰਮ ਸਨ, ਨਿੱਘੇ ਨਿੱਘੇ ਘੁੱਗੀਆਂ ਵਰਗੇ। ਫਿਰ ਮੈਂ ਸੋਚਿਆ ਅਮਰਜੀਤ ਆਪ ਹੀ ਹੋਵੇਗੀ, ਪਰ ਨਹੀਂ, ਉਹ ਅਮਰਜੀਤ ਵੀ ਨਹੀਂ ਸੀ। ਜਦ ਉਹ ਕਰੰਟ ਵੈਲ ਦੀ ਆਪਣੀ ਚੁੰਨੀ ਨਾਲ ਮੇਰਾ ਮੂੰਹ ਪੂੰਝ ਰਹੀ ਸੀ, ਮੈਂ ਅੱਖਾਂ ਪੁੱਟ ਕੇ ਦੇਖਿਆ। ਇਹ ਤਾਂ ਉਹ ਕੁੜੀ ਸੀ, ਮਹਿੰਦੀ ਲਾਉਣ ਵਾਲੀ ਕੁੜੀ, ਪਤਲੀ ਜਿਹੀ, ਬੱਗੇ ਜਿਹੇ ਰੰਗ ਵਾਲੀ, ਮਦਰੀ ਜਿਹੀ, ਸਾਊ ਸਾਊ ਅੱਖਾਂ ਵਾਲੀ। ਵਿੰਦਰ, ਮਕੰਦ, ਤੂੰ ਔਖਾ ਤਾਂ ਨਹੀਂ ਬਾਲਾ? ਮੇਰੇ ਮੱਥੇ ਉੱਤੋਂ ਸਿਰ ਦੇ ਵਾਲ ਆਪਣੀ ਹਥੇਲੀ ਨਾਲ ਪਿਛਾਂਹ ਹਟਾ ਕੇ ਉਸਨੇ ਪੁੱਛਿਆ। ਬੇਸੁਰਤੀ ਵਿੱਚ ਮੇਰੀ ਪੱਗ ਪਤਾ ਨਹੀਂ ਕਿੱਥੇ ਡਿੱਗ ਪਈ ਸੀ। ਮੇਰੇ ਮੂੰਹੋਂ ਸਿਰਫ ਇੰਨੀ ਗੱਲ ਹੀ ਨਿਕਲੀ, ਹਏ ਅਮਰਜੀਤ ਨੂੰ ਬੁਲਾ ਦੇ। ਅਮਰਜੀਤ ਕਿਵੇਂ ਆਜੂ? ਉਹ ਘੁਰਕੀ ਲੈ ਕੇ ਪਈ। ਮੈਨੂੰ ਸ਼ਰਾਬੀਆਂ ਵਾਲਾ ਬੌੜ ਫੁੱਟ ਪਿਆ ਸੀ। ਤੈਂ ਅਮਰਜੀਤ ਤੋਂ ਕੀ ਲੈਣਾ, ਮੈਨੂੰ ਦੱਸ ਜਿਹੜੀ ਗੱਲ ਹੈ। ਵਿੰਦਰ ਨੇ ਮੇਰੇ ਸਿਰ ਦਾ ਜੂੜਾ ਕੱਸ ਕੇ ਬੰਨ ਦਿੱਤਾ ਤੇ ਦੋ ਤਿੰਨ ਸੁੱਕੇ ਵੱਤ ਮੈਨੂੰ ਫੇਰ ਆਇਆ। ਮੇਰਾ ਕਾਲਜਾ ਇਕੱਠਾ ਹੋ ਕੇ ਜਿਵੇਂ ਗਲ ਝਾ ਫਸਿਆ ਸੀ, ਮੇਰੀ ਜਾਨ ਨਿਕਲਣ ਵਾਲੀ ਹੋ ਗਈ। ਉਸਨੇ ਮੇਰੀਆਂ ਦੋਵੇਂ ਪੁੜਪੜੀਆਂ ਘੁੱਟ ਲਈਆਂ, ਚੁੰਨੀ ਦੇ ਲੜ ਨਾਲ ਮੇਰਾ ਮੂੰਹ ਪੂੰਝਿਆ। ਗੜਬੀ ਵਿੱਚੋਂ ਪਾਣੀ ਦੀ ਘੁੱਟ ਭਰਵਾਈ, ਮੈਂ ਕੁਰਲੀ ਕਰੀ। ਦਰਵਾਜ਼ੇ ਵਿੱਚ ਘੁੱਪ ਹਨੇਰਾ ਸੀ, ਝਲਾਨੀ ਵਿੱਚ ਚੁੱਲ੍ਹਾ ਵੀ ਅੱਗ ਨਾਲ ਮਗਿਆ ਹੋਇਆ ਸੀ। ਚੁੱਲ੍ਹੇ ਉੱਤੇ ਦੁੱਧ ਦਾ ਪਤੀਲਾ ਕੱਢ ਰਿਹਾ ਸੀ, ਸਵਾਤ ਵਿੱਚ ਅੰਨੀ ਜਿਹੀ ਲਾਲਟਨ ਦਾ ਪੀਲਾ ਚਾਨਣ ਸੀ। ਵੱਖੀ ਪਰਨੇ ਪਏ ਦੀ ਪਤਾ ਨਹੀਂ ਮੇਰੀ ਕਦੋਂ ਅੱਖ ਲੱਗ ਗਈ, ਵਿੰਦਰ ਪਤਾ ਨਹੀਂ ਮੇਰੇ ਕੋਲੋਂ ਕਦੋਂ ਗਈ। ਸੱਸ ਦੁੱਧ ਦਾ ਗਲਾਸ ਲੈ ਕੇ ਆਈ, ਮੇਰੇ ਅੰਦਰ ਤਾਂ ਪਾਣੀ ਦੀ ਤਿੱਪ ਮਸਾਂ ਪਚਦੀ ਸੀ, ਦੁੱਧ ਨੂੰ ਕਿਵੇਂ ਮੂੰਹ ਲਾਉਂਦਾ। ਦਰਵਾਜ਼ੇ ਵਿੱਚੋਂ ਉਘਾਲਿਆ ਜਿਹਾ ਉੱਠ ਕੇ ਮੈਂ ਪੌੜੀਆਂ ਚੜ੍ਹਿਆ ਤੇ ਚੁਬਾਰੇ 'ਚ ਜਾ ਪਿਆ। ਭੈਣ ਸਾਰ ਸੌਂ ਗਿਆ। ਦੂਜੇ ਦਿਨ ਤੜਕੇ ਹੀ ਵਿੰਦਰ ਪਤਾ ਨਹੀਂ ਕਿੱਥੋਂ ਕੋਈ ਦਵਾਈ ਲਿਆਈ ਤੇ ਪਾਣੀ ਦੇ ਗਲਾਸ ਵਿੱਚ ਘੋਲ ਕੇ ਉਹ ਮੈਨੂੰ ਪਿਆ ਗਈ। ਦਵਾਈ ਪੀ ਕੇ ਮੈਨੂੰ ਦੋ ਤਿੰਨ ਡਕਾਰ ਆਏ ਤੇ ਮੇਰਾ ਅੰਦਰ ਜਿਹਾ ਖੁੱਲ੍ਹ ਗਿਆ। ਗੰਨਾ ਜੇ ਕਿਤੋਂ ਮਿਲ ਜੇ ਤਾਂ ਸਾਰਾ ਧੋਤਾ ਜਾਵੇ, ਮਿਲ ਜੂਗਾ ਜੀ ਕਿਤੋਂ, ਮੈਂ ਸੱਸ ਨੂੰ ਪੁੱਛਿਆ। ਗੰਨਿਆਂ ਦੀ ਰੁੱਤ ਵੀ ਹੈ ਹੁਣ ਕੋਈ ਜੀਜਾ, ਪਾੜਾ ਹੀ ਰਹਿ ਗਿਆ ਨਾ ਬਸ। ਵਿੰਦਰ ਲੋਟ ਪੋਟ ਹੋ ਗਈ, ਮੇਰੀ ਸੱਸ ਵੀ ਹੱਸ ਪਈ। ਦੇਸੂ ਤੇ ਮੱਖਣ ਕੋਲ ਬੈਠਾ ਪੋਲਾ ਪੋਲਾ ਮੁਸਕਰਾਏ, ਮੈਨੂੰ ਉਹਨਾਂ ਮੂਹਰੇ ਸੰਗ ਜਿਹੀ ਲੱਗੀ। ਉਸੇ ਦਿਨ ਦੁਪਹਿਰ ਦੀ ਰੋਟੀ ਖਾਣ ਪਿੱਛੋਂ ਅਸੀਂ ਅਮਰਜੀਤ ਨੂੰ ਲੈ ਕੇ ਪਿੰਡ ਆ ਗਏ। ਦੇਸੂ ਤੇ ਮੱਖਣ ਇੱਕ ਸਾਈਕਲ ਉੱਤੇ ਪਿੰਡ ਪਹੁੰਚ ਗਏ ਸਨ ਤੇ ਰੱਥ ਵਿੱਚ ਮੈਂ ਤੇ ਅਮਰਜੀਤ ਹੀ ਸਾਂ। ਰਾਹ ਵਿੱਚ ਕਿੰਨੀਆਂ ਗੱਲਾਂ ਅਸੀਂ ਕਰ ਲਈਆਂ, ਗੱਲਾਂ ਗੱਲਾਂ ਵਿੱਚ ਵਿੰਦਰ ਦੀ ਗੱਲ ਵੀ ਛਿੜ ਗਈ। ਉਸ ਦੀ ਗੱਲ ਮੈਂ ਜਾਣ ਕੇ ਹੀ ਛੇੜੀ ਸੀ। ਉਸ ਕੁੜੀ ਦੇ ਵਿਵਹਾਰ ਨੇ ਤਾਂ ਮੇਰੇ ਅੰਦਰ ਕੋਈ ਖਾਸ ਥਾਂ ਬਣਾ ਲਈ ਸੀ। ਅਮਰਜੀਤ ਨੇ ਮੈਨੂੰ ਦੱਸਿਆ ਕਿ ਵਿੰਦਰ ਦੀ ਆਪਣੇ ਪਰਾਹੁਣੇ ਨਾਲ ਬਣਦੀ ਨਹੀਂ। ਵਿੰਦਰ ਦਾ ਵੱਡਾ ਭਣੋਈਆ ਜਦ ਇੱਥੇ ਆਉਂਦਾ ਹੈ, ਵਿੰਦਰ ਜੇ ਇੱਥੇ ਹੋਵੇ ਤਾਂ ਉਹਦੀ ਇੰਨੀ ਸੇਵਾ ਕਰਦੀ ਕਿ ਰਹੇ ਰੱਬ ਦਾ ਨਾਂ। ਇਹਦਾ ਭਣੋਈਆ ਸਮਝਦਾ ਵੀ ਇਹਨੂੰ ਛੋਟੀ ਭੈਣ ਵਾਂਗ ਹੀ ਹੈ, ਪਰ ਵਿੰਦਰ ਦਾ ਪਰਾਹੁਣਾ ਇਹਦੇ ਸੁਭਾਅ 'ਤੇ ਸ਼ੱਕ ਕਰਦਾ। ਅਮਰਜੀਤ ਜਦ ਦਰੌਜਾ ਲੈ ਕੇ ਆਈ, ਉਸਨੇ ਦੱਸਿਆ ਕਿ ਵਿੰਦਰ ਦਾ ਪਰਾਹੁਣਾ ਦੂਜਾ ਵਿਆਹ ਕਰਾਉਣ ਨੂੰ ਫਿਰਦਾ ਹੈ। ਮੇਰਾ ਦਿਲ ਢੇਰੀ ਹੋ ਗਿਆ, ਵਿੰਦਰ ਵਰਗੀ ਕੁੜੀ ਦੀ ਆਹ ਹਾਲਤ। ਦਰੌਜੇ ਅਮਰਜੀਤ ਨੂੰ ਲੈਣ ਜਦ ਮੈਂ ਗਿਆ ਸਾਂ ਤਾਂ ਵਿੰਦਰ ਉੱਥੇ ਹੀ ਸੀ, ਪਰ ਉਹ ਸਾਡੇ ਘਰ ਨਹੀਂ ਸੀ ਆਈ। ਉਹ ਤਾਂ ਉਦੋਂ ਦੇਲੀਓਂ ਬਾਹਰ ਪੈਰ ਨਹੀਂ ਸੀ ਧਰਦੀ, ਬੁੜੀਆਂ ਸੌ ਸੌ ਗੱਲਾਂ ਬਣਾਉਂਦੀਆਂ ਸਨ। ਉਸ ਤੋਂ ਬਾਅਦ ਜਦ ਕਦੇ ਮੈਂ ਸਹੁਰੇ ਜਾਂਦਾ, ਵਿੰਦਰ ਕਦੇ ਵੀ ਨਾ ਮਿਲਦੀ। ਕਦੇ ਉਹ ਨਾਨਕੀ ਗਈ ਹੁੰਦੀ, ਕਦੇ ਭੂਆ ਕੋਲ, ਕਦੇ ਮਾਸੀ ਕੋਲ, ਕਦੇ ਕਿਤੇ ਕਦੇ ਕਿਤੇ। ਉਸ ਦਾ ਪਰਾਹੁਣਾ ਹੁਣ ਉਸਨੂੰ ਲੈ ਕੇ ਨਹੀਂ ਸੀ ਜਾਂਦਾ। ਮੈਂ ਉਸਨੂੰ ਇੱਕ ਵਾਰ ਮਿਲਣਾ ਚਾਹੁੰਦਾ ਸੀ, ਮਿਲ ਕੇ ਉਸਦਾ ਦੁੱਖ ਪੁੱਛਣਾ ਚਾਹੁੰਦਾ ਸੀ। ਮੁੰਡੇ ਦੀ ਸੁਸਕ ਲੈ ਕੇ ਅਮਰਜੀਤ ਆਈ ਤਾਂ ਉਹਨੇ ਦੱਸਿਆ ਕਿ ਵਿੰਦਰ ਮਿਲੀ ਸੀ। ਉਹ ਤਾਂ ਸੁੱਕ ਕੇ ਤਾਂਬੜ ਬਣੀ ਪਈ ਹੈ, ਨਿਰੀ ਫੱਟੀ, ਚਿਹਰਾ ਝੁਰੜਾ ਗਿਆ ਵਿਚਾਰੀ ਦਾ, ਅੱਖਾਂ ਦੇ ਘੇਰੇ ਕਾਲੇ ਹੋ ਗਏ, ਮੂੰਹ ਵਿੱਚ ਬੋਲ ਨਹੀਂ, ਖੁਦੋ ਵਾਂਗ ਬੁੜਕਣ ਟੱਪਣ ਵਾਲੀ ਵਿੰਦਰ ਤਾਂ ਉਹ ਰਹੀ ਨਹੀਂ। ਉਸ ਦਾ ਕੁਦਰਤੀ ਖੁੱਲ੍ਹਾ ਸੁਭਾਅ ਉਸ ਲਈ ਇੱਕ ਸ਼ਰਾਪ ਬਣ ਗਿਆ। ਉਸ ਦਾ ਮੱਚੜ ਪਰਾਉਣਾ ਉਸਦੀ ਖੁੱਲ੍ਹ ਨੂੰ ਦੇਖ ਕੇ ਸਗੋਂ ਹੋਰ ਵਲ ਖਾ ਗਿਆ ਹੋਵੇਗਾ। ਵਿੰਦਰ ਦਾ ਕੀ ਕਸੂਰ ਵਿਚਾਰੀ ਦਾ? ਜਾਂ ਤਾਂ ਉਹ ਉਸ ਮੱਚੜ ਦੀ ਜੇਬ ਵਿੱਚ ਪੈ ਜਾਂਦੀ ਅਤੇ ਜਾਂ
ਆਪਣੇ ਮੋਹ ਦੇ ਸੇਕ ਵਿੱਚ ਉਹਦਾ ਮੱਚੜਪੁਣਾ ਖੋਲ ਦਿੰਦੀ। ਉਸ ਅਣਭੋਲ ਨੂੰ ਕੀ ਪਤਾ ਸੀ ਕਿ ਉਸਦੇ ਹੱਸਦੇ ਦੰਦਾਂ ਨੂੰ ਇੱਕ ਦਿਨ ਹਥੌੜੇ ਦੀ ਸੱਟ ਪਵੇਗੀ ਤੇ ਉਹਦੇ ਮੂੰਹ ਵਿੱਚੋਂ ਸਦਾ ਲਈ ਹਾਸਾ ਮੁੱਕ ਜਾਵੇਗਾ। ਉਸ ਨੂੰ ਕੀ ਪਤਾ ਸੀ ਕਿ ਕਿਸੇ ਓਪਰੇ ਬੰਦੇ ਨਾਲ ਹੱਸ ਕੇ ਬੋਲ ਲੈਣਾ ਤੇ ਖੁੱਲ੍ਹ ਕੇ ਗੱਲ ਕਰ ਲੈਣੀ ਵੀ ਪਤੀ ਧਰਮ ਦੇ ਉਲਟ ਹੈ। ਦੂਜਿਆਂ ਨਾਲ ਹੱਸਣਾ ਬੋਲਣਾ ਪਤੀ ਧਰਮ ਦੇ ਉਲਟ ਕੋਈ ਕਿਉਂ ਸਮਝਦਾ ਹੈ ਇਹ ਉਹ ਸਮਝ ਨਾ ਸਕੀ। ਇਹੋ ਜਿਹਾ ਵੀ ਕੋਈ ਮਨੁੱਖ ਹੁੰਦਾ ਹੈ ਜਿਹੜਾ ਅੱਖੀਂ ਦੇਖੇ ਬਿਨਾਂ ਹੀ ਆਪਣੀ ਤੀਵੀਂ ਉੱਤੇ ਸ਼ੱਕ ਕਰ ਲਵੇ, ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ, ਤਰ੍ਹਾਂ ਤਰ੍ਹਾਂ ਦੀਆਂ ਉਸ ਨਾਲ ਗੱਲਾਂ ਕਰੇ। ਵਿੰਦਰ ਵਿਚਾਰੀ ਸਮਝ ਨਾ ਸਕੀ। ਉਸ ਦੇ ਅੰਦਰ ਕਿਸੇ ਸੱਚ ਦੀ ਹੈਂਕੜ ਸੀ, ਉਸ ਹੈਂਕੜ ਨੇ ਉਸ ਨੂੰ ਡੋਬਿਆ। ਉਹ ਆਪਣੇ ਆਪ ਵਿੱਚ ਕੈਦ ਸੀ, ਆਪਣੇ ਉਸ ਸੁਭਾਅ ਉੱਤੇ ਹੁਣ ਉਸਨੂੰ ਝੋਰਾ ਸੀ ਜੋ ਕਦੇ ਪਹਿਲੇ ਦਿਨੋਂ ਹੀ ਉਹ ਐਵੇਂ ਚੁੱਪ ਕੀਤੀ ਜਿਹੀ ਰਹਿੰਦੀ। ਕੀ ਲੈਣਾ ਸੀ ਉਸਨੇ ਭਨੋਈਏ ਦੀ ਟਹਿਲ ਸੇਵਾ ਤੋਂ। ਕੰਮਕਾਰ ਵਿੱਚ ਇੰਨਾ ਰੁੱਝ ਗਿਆ ਸਾਂ ਕਿ ਮੈਂ ਕਈ ਸਾਲ ਸਹੁਰੀ ਨਾ ਜਾ ਸਕਿਆ। ਅਮਰਜੀਤ ਵੀ ਨਹੀਂ ਸੀ ਗਈ ਅਤੇ ਫਿਰ ਮੇਰੀ ਬਦਲੀ ਪਿੰਡ ਤੋਂ ਕਈ ਸੌ ਮੀਲ ਦੂਰ ਹੋ ਗਈ। ਸਾਲ ਵਿੱਚ ਇੱਕ ਅੱਧ ਵਾਰ ਮੈਂ ਪਿੰਡ ਆਉਂਦਾ ਤਾਂ ਇੱਕ ਦੋ ਦਿਨ ਰਹਿ ਕੇ ਚਲਾ ਜਾਂਦਾ। ਮੇਰੇ ਸਹੁਰਿਆਂ ਦੀਆਂ ਦੋ ਸੱਜਰ ਸੂਈਆਂ ਮੱਝਾਂ ਇੱਕ ਫੌਜੀ ਟੈਂਕ ਦੀ ਫੇਟ ਲੱਗ ਕੇ ਮਰ ਗਈਆਂ ਤਾਂ ਮੈਂ ਅਫਸੋਸ ਕਰਨ ਉੱਥੇ ਗਿਆ। ਅੱਡੇ ਉੱਤੇ ਬੱਸ ਵਿੱਚ ਉਤਰਿਆ ਤਾਂ ਵਿੰਦਰ ਦੀ ਮਾਂ ਨੇ ਮੇਰੀ ਪਿੱਠ ਪਛਾਣ ਕੇ ਮੈਨੂੰ ਹਾਕ ਮਾਰ ਲਈ। ਹੌਲੀ ਹੌਲੀ ਮੇਰੀਆਂ ਅੱਖਾਂ ਨੇ ਗਵਾਹੀ ਭਰੀ ਕਿ ਵਿੰਦਰ ਵੀ ਨਾਲ ਹੀ ਖੜੀ ਸੀ। ਉਸਨੇ ਮੈਨੂੰ ਸਤਿ ਸ੍ਰੀ ਅਕਾਲ ਕਹੀ। ਉਹਦੇ ਬੁੱਲ ਮਸਾਂ ਹੀ ਫਰਕੇ, ਉਹਦੀ ਨਿਗਾਹ ਧਰਤ ਉੱਤੇ ਗੱਡੀ ਰਹੀ। ਉਹਦੀ ਗੋਦੀ ਸਾਲ ਕੁ ਭਰ ਦੀ ਕੁੜੀ ਦੁੱਧ ਚੁੰਘ ਰਹੀ ਸੀ। ਮਲਵੀ ਜਿਹੀ ਜੀਵ ਨਾਲ ਉਸਨੇ ਅਮਰਜੀਤ ਦੇ ਮੁੰਡੇ ਕੁੜੀਆਂ ਦੀ ਸੁੱਖ ਸਾਂਤ ਪੁੱਛੀ। ਮਾਵਾਂ ਧੀਆਂ ਦੇ ਕੋਲ ਇੱਕ ਬੰਦਾ ਖੜਾ ਸੀ, ਹੱਥ ਵਿੱਚ ਕਿਰਪਾਨ, ਮਿਆਨ ਉੱਤੇ ਜ਼ਰਖਾ ਦੇ ਲੋਹੇ ਦੀਆਂ ਪੱਤੀਆਂ। ਉਹਦੀ ਦਾੜੀ ਵਿੱਚ ਕੋਈ ਕੋਈ ਕਾਲਾ ਵਾਲ ਸੀ, ਮਿਚੀਆਂ ਹੋਈਆਂ ਅੱਖਾਂ ਤੇ ਮੋਟਾ ਨਕੌੜਾ, ਕਾਲੇ ਧੂਸ਼ ਰੰਗ ਵਾਲਾ ਖੁਰਦਰਾ ਚਿਹਰਾ। ਵਿੰਦਰ ਦੇ ਨਵੇਂ ਪ੍ਰਾਹੁਣੇ ਨੇ ਮੇਰੇ ਨਾਲ ਹੱਥ ਮਿਲਾਇਆ। ਅਸੀਂ ਮੀਂਹ ਤੇ ਫਸਲਾਂ ਦੀਆਂ ਗੱਲਾਂ ਛੇੜ ਲਈਆਂ। ਦੋਸਤੋ, ਇਹ ਸੀ ਰਾਮ ਸਰੂਪ ਅਣਖੀ ਹੋਰਾਂ ਦੀ ਲਿਖੀ ਕਹਾਣੀ ਕੈਦਣ। ਹੋਰ ਵੀ ਕਹਾਣੀਆਂ ਸੁਣਨ ਦੇ ਲਈ ਯੂਟਿਊਬ ਚੈਨਲ ਪੰਜਾਬੀ ਸਾਹਿਤਕ ਮੰਚ ਨਾਲ ਜੁੜੇ ਰਹਿਣਾ। ਫਿਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਸਤਿ ਸ਼੍ਰੀ ਅਕਾਲ।